ਹਾਂਜੀ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਇੱਕ ਹੋਰ ਪਵਿੱਤਰ ਸਥਾਨ ਦੇ ਕਰਾਉਣਿਆਂ ਦਰਸ਼ਨ ਇਹ ਸਥਾਨ ਜਿਹੜਾ ਜੀ ਇਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਹੈ ਤੇ ਇਸ ਸਥਾਨ ਦੇ ਵੀ ਆਪਾਂ ਕਰਦੇ ਆਂ ਦਰਸ਼ਨ ਹਾਂਜੀ ਸੰਗਤ ਜੀ ਇਹ ਜੋ ਪਵਿੱਤਰ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਆਂ ਸਾਹਮਣੇ ਬਹੁਤ ਹੀ ਸੋਹਣਾ ਅਸਥਾਨ ਗੁਰੂ ਦੇ ਦਰਬਾਰ ਬਣੇ ਹੋਏ ਨੇ ਤੇ ਇਹ ਅਸਥਾਨ ਦੇ ਉੱਤੇ ਨੌਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਨੇ ਮਹਾਰਾਜ ਇਸ ਅਸਥਾਨ ਦੇ ਉੱਤੇ ਇਸ ਅਸਥਾਨ ਦੇ ਉੱਤੇ ਤਕਰੀਬਨ ਬਿਕਰਮੀ 1723 ਸਨ ਨੂੰ ਮਹਾਰਾਜ ਇੱਥੇ ਪਹੁੰਚਦੇ ਨੇ ਮਹਾਰਾਜ ਜਦੋਂ ਬਿਹਾਰ ਪ੍ਰਦੇਸ਼ ਦੀ ਯਾਤਰਾ ਨੂੰ ਜਾਂਦੇ ਆ ਨਾ ਬਲਾਹਾੜਾ ਸ਼ਹਿਰ ਤੇ ਨਗਰ ਗੋਵਿੰਦਪੁਰਾ ਗੁਰਨੇ ਗਾਗਾ ਲੇਲ ਕਲਾ ਮਹਾਰਾਜ ਇੱਥੇ ਪਹੁੰਚੇ ਇਹ ਨਗਰ ਜਿਹੜਾ ਜੀ ਇਹ ਪਿੰਡ ਲੇਲ ਕਲਾਂਗਾ ਤਕਰੀਬਨ ਇਹ ਮੂਨਕ ਅਤੇ ਲਹਿਰਾਗਾਗਾ ਦੇ ਵਿਚਕਾਰ ਹੈ ਜੀ ਜਦੋਂ ਆਪਾਂ ਮੂਨਕ ਤੋਂ ਲਹਿਰੇ ਨੂੰ ਜਾਂ ਲਹਿਰੇ ਤੋਂ ਮੂਨਕ ਨੂੰ ਜਾਂਦੇ ਆ ਰਸਤੇ ਦੇ ਵਿੱਚ ਇਹ ਨਗਰ ਹੈ ਉਹ ਇਹ ਸਥਾਨ ਉਸ ਨਗਰ ਪਿੰਡ ਲੇਲ ਕਲਾਂ ਦੇ ਵਿੱਚ ਬਣਿਆ ਹੋਇਆ ਇਹ ਜਿਹੜੀ ਜ਼ਮੀਨ ਹੈ ਜਿੱਥੇ ਸਥਾਨ ਹੈ ਜੀ ਇਹ ਬਾਬਾ ਅੜਕਦੇਵ ਜੀ ਦੀ ਜ਼ਮੀਨ ਸੀ ਜੋ ਕਿ ਖੇਤੀਬਾੜੀ ਕਰਦੇ ਸੀ ਬਾਬਾ ਅੜਕਦੇਵ ਅਤੇ ਪਰਮ ਪ੍ਰਮਾਤਮਾ ਦੀ ਨਾਲ-ਨਾਲ ਭਗਤੀ ਕਰਦੇ ਸੀ ਇਹ ਜ਼ਮੀਨ ਜਿਹੜੀ ਸੀ ਰੇਤਲੀ ਜ਼ਮੀਨ ਸੀ ਇੱਕ ਛੋਟਾ ਜਿਹਾ ਇੱਥੇ ਟਿੱਬਾ ਬਣਿਆ ਹੋਇਆ ਸੀ ਇਸ ਟਿੱਬੇ ਦੇ ਉੱਤੇ ਬਾਬਾ ਅੜਕਦੇਵ ਜੀ ਬੰਦਗੀ ਵੀ ਕਰਦੇ ਸੀ ਤੇ ਨਾਲ ਨਾਲ ਆਪਣੀ ਕਿਰਤ ਵੀ ਕਰਦੇ ਸੀ ਫਿਰ ਜਦੋਂ ਮਹਾਰਾਜ ਇਸ ਸਥਾਨ ਦੇ ਉੱਪਰ ਆਉਂਦੇ ਨੇ ਤਾਂ ਬਾਬਾ ਅੜਕਦੇਵ ਜੀ ਕੋਲ ਪਹੁੰਚਦੇ ਨੇ ਤਾਂ ਬਾਬਾ ਅੜਕਦੇਵ ਜੀ ਬੜੇ ਪਿਆਰ ਨਾਲ ਮਹਾਰਾਜ ਦੀ ਸੇਵਾ ਕਰਦੇ ਨੇ ਜੀ ਤੇ ਸੰਗਤ ਜੀ ਇੱਕ ਮੈਨੂੰ ਬਹੁਤ ਹੀ ਪਿਆਰੀ ਗੱਲ ਲੱਗਿਆ ਤੁਹਾਨੂੰ ਮੈਂ ਦਰਸ਼ਨ ਕਰਾਉਣਾ ਜਿੱਥੇ-ਜਿੱਥੇ ਮਹਾਰਾਜ ਜਿੱਥੋਂ ਦੀ ਲੰਘੇ ਨੇ ਹਨਾ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਆ ਬੜਾ ਸੋਹਣਾ ਨਕਸ਼ਾ ਬਣਾ ਕੇ ਲਾਇਆ ਜਿੱਦ ਜਿੱਦਰ ਮਹਾਰਾਜ ਸਤਗੁਰਾਂ ਨੇ ਚਾਰਨ ਪਾਏ ਨੇ ਤੇ ਆਉ ਪਦਰਵਾਰ ਸਾਹਿਬ ਤੇ ਚਲਦੇ ਆ ਤੇ ਨਾਲ ਨਾਲ ਤੁਹਾਨੂੰ ਆਪਦੇ ਅਸ ਵੀ ਦੱਸੀ ਜਾਂਦੇ ਜਦੋਂ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਮਹਾਰਾਜ ਇਸ ਸਥਾਨ ਤੇ ਆਉਂਦੇ ਨੇ ਭਈ ਤਾਂ ਬਾਬਾ ਅੜਕਦੇਵ ਜੀ ਨੂੰ ਪਤਾ ਲੱਗਿਆ ਵੀ ਕੋਈ ਮਹਾਨ ਰੂਹ ਤਪੱਸਵੀ ਕੋਈ ਫਕੀਰ ਮੇਰੇ ਵੱਲ ਆ ਰਹੇ ਨੇ ਤਾਂ ਉਹਨਾਂ ਨੇ ਅੱਗੇ ਜਾ ਕੇ ਬੜੇ ਸਤਿਕਾਰ ਦੇ ਨਾਲ ਬੜੇ ਪਿਆਰ ਦੇ ਨਾਲ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਮਹਾਰਾਜ ਦੇ ਨਾਲ ਬਚਨ ਬਲਾਸ ਕੀਤੇ ਫਿਰ ਉਸ ਤੋਂ ਬਾਅਦ ਬਾਬਾ ਅੜਕਦੇਵ ਜੀ ਨੇ ਮਹਾਰਾਜ ਦੀ ਅਤੇ ਗੁਰੂਕੀਆਂ ਸੰਗਤਾਂ ਦੀ ਜਲ ਪ੍ਰਸ਼ਾਦੇ ਦੇ ਨਾਲ ਸੇਵਾ ਕਰਾਈ ਫਿਰ ਉਹ ਸੇਵਾ ਕੀਤੀ ਉਹਨਾਂ ਨੇ ਬੜੇ ਸ਼ਰਧਾ ਬੜੇ ਭਾਵਨਾ ਦੇ ਨਾਲ ਤੇ ਮਹਾਰਾਜ ਉਹਦੀ ਸੇਵਾ ਤੋਂ ਬਹੁਤ ਖੁਸ਼ ਹੋਏ ਤੇ ਜਦੋਂ ਖੁਸ਼ ਹੋ ਗਏ ਭਾਈ ਮਹਾਰਾਜ ਨੇ ਉਪਦੇਸ਼ ਦਿੱਤਾ ਇਸ ਸਥਾਨ ਨੂੰ ਜਿਹਦੇ ਆਪਾਂ ਹੁਣ ਸਾਹਮਣੇ ਦਰਸ਼ਨ ਕਰ ਰਹੇ ਆ ਦੇਖੋ ਗੁਰੂ ਕੇ ਤਖਤ ਲੱਗੇ ਹੋਏ ਨੇ ਮਹਾਰਾਜ ਸਵਾਯਮਾਨ ਇੱਥੇ ਤੇ ਇਹਦੇ ਪਵਿੱਤਰ ਸਥਾਨ ਦੇ ਆਪਾਂ ਜੋ ਦਰਸ਼ਨ ਕਰ ਰਹੇ ਆ ਨਾ ਇਸ ਸਥਾਨ ਨੂੰ ਮਹਾਰਾਜ ਨੇ ਫਿਰ ਵਰ ਦਿੱਤਾ ਬਾਬਾ ਅੜਕਦੇਵ ਦੀ ਸੇਵਾ ਤੋਂ ਖੁਸ਼ ਹੋ ਕੇ ਆਉ ਨਾਲ-ਨਾਲ ਹੁਣ ਆਪਾਂ ਪ੍ਰਕਰਮਾ ਵੀ ਕਰੀ ਜਾਂਦੇ ਆ ਤੇ ਨਾਲ ਹੀ ਕਿਹੜਾ ਵਰ ਦਿੱਤਾ ਹੋਗਾ ਉਹ ਵੀ ਆਪਾਂ ਹੁਣ ਇਸ ਵਰ ਨੂੰ ਆਪਾਂ ਜਾਣਦੇ ਆਂ ਵੀ ਮਹਾਰਾਜ ਗੁਰੂ ਤੇਗ ਬਹਾਦਰ ਨੇ ਬਾਬਾ ਅੜਕਦੇਵ ਜੀ ਨੂੰ ਕਿਹੜਾ ਵਰ ਦਿੱਤਾਗਾ ਜੀ ਜੇ ਜਦੋਂ ਸੇਵਾ ਤੋਂ ਖੁਸ਼ ਹੋ ਗਏ ਤਾਂ ਬਾਬਾ ਅੜਕਦੇਵ ਜੀ ਨੂੰ ਵਰ ਦਿੰਦੇ ਨੇ ਕਹਿੰਦੇ ਬਾਬਾ ਅੜਕਦੇਵ ਜੀ ਜੋ ਵੀ ਇਸ ਸਥਾਨ ਤੇ ਜੋ ਵੀ ਪ੍ਰਾਣੀ ਮਾਈ ਭਾਈ ਸਿੱਖ ਸੰਗਤ ਇਸ ਸਥਾਨ ਤੇ ਪਹੁੰਚ ਕੇ ਸ਼ਰਦਾ ਦੇ ਨਾਲ ਮੱਥਾ ਟੇਕੂਗੀ ਸੇਵਾ ਕਰੂਗੀ ਤਾਂ ਪ੍ਰੇਮ ਨਾਲ ਮੱਥਾ ਟੇਕ ਕੇ ਜੋ ਵੀ ਪ੍ਰੇਮ ਨਾਲ ਸੇਵਾ ਕਰੂਗਾ ਉਹ ਉਹਦੀਆਂ ਜਿਹੜੀਆਂ ਵੀ ਮਨ ਦੀਆਂ ਇੱਛਾ ਹੋਣਗੀਆਂ ਉਹ ਸਾਰੀਆਂ ਇੱਛਾ ਸਾਰੀਆਂ ਭਾਵਨਾ ਉਹਦੀਆਂ ਪੂਰਨ ਹੋਣਗੀਆਂ ਇਸ ਆਸਥਾਨ ਤੇ ਜੋ ਵੀ ਭਾਈ ਸੰਗਤ ਸ਼ਰਧਾ ਭਾਵਨਾ ਦੇ ਨਾਲ ਹੁੰਦਾ ਹੈ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਦਾ ਹੈ ਬਾਬਾ ਅੜਕਦੇਵ ਜੀ ਸਮਾਦ ਤੇ ਵੀ ਮੱਥਾ ਟੇਕਿਆ ਜਾਂਦਾ ਉੱਥੇ ਵੀ ਮਹਾਰਾਜ ਦੇ ਸਰੂਪ ਪ੍ਰਕਾਸ਼ਵਾਨ ਨੇ ਤਾਂ ਕਹਿੰਦੇ ਵੀ ਸਾਰੀਆਂ ਦੀ ਭਾਵਨਾ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਇਹ ਫਿਰ ਮਹਾਰਾਜ ਨੇ ਇਹ ਸਥਾਨ ਨੂੰ ਇਹ ਬਰ ਦਿੱਤਾਗਾ ਜੀ ਜੋ ਸਥਾਨ ਆਪਾਂ ਸਾਹਮਣੇ ਦਰਸ਼ਨ ਕਰ ਰਹੇ ਹਾਂ ਦੇਖੋ ਕਿੰਨੀ ਖੂਬਸੂਰਤ ਬਿਲਡਿੰਗ ਜਿਹੜੀ ਆ ਉਹ ਦਰਬਾਰ ਸਾਹਿਬ ਦੀ ਬਣਾਈ ਗਈ ਹੈ ਤਕਰੀਬਨ ਅਸੀਂ ਸਥਾਨਾਂ ਦੇ ਦਰਸ਼ਨ ਕਰਦੇ ਰਹਨੇ ਆ ਇਸ ਏਰੀਏ ਦੇ ਵਿੱਚ ਐਡਾ ਵੱਡਾ ਦਰਬਾਰ ਸਾਹਿਬ ਬਣਿਆਗਾ ਪਹਿਲੀ ਵਾਰ ਅਸੀਂ ਇਸ ਸਥਾਨ ਦੇ ਦਰਸ਼ਨ ਕੀਤੇ ਨੇ ਜੀ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆਗਾ ਦੇਖੋ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਤੇ ਫਿਰ ਜਦੋਂ ਮਹਾਰਾਜ ਨੇ ਇਥੋਂ ਇਸ ਸਥਾਨ ਨੂੰ ਬਰ ਦਿੱਤਾਗਾ ਬਰ ਦੇ ਕੇ ਮਹਾਰਾਜ ਫਿਰ ਅੱਗੇ ਨੂੰ ਚੱਲਾ ਪਾਉਂਦੇ ਨੇ ਫਿਰ ਮਹਾਰਾਜ ਇਥੋਂ ਮੂਨਕ ਸ਼ਹਿਰ ਨੂੰ ਤੇ ਮੂਨਕ ਸ਼ਹਿਰ ਤੋਂ ਬਾਅਦ ਮਕੋੜ ਸਾਹਿਬ ਮਕੋੜ ਸਾਹਿਬ ਤੋਂ ਪਾਈ ਫਿਰ ਤਮਤਾਨ ਸਾਹਿਬ ਮਹਾਰਾਜ ਇਥੋਂ ਚਲੇ ਜਾਂਦੇ ਨੇ ਤੇ ਨਾਲ ਹੀ ਸੰਗਤ ਜੀ ਤੁਹਾਨੂੰ ਦੱਸ ਦਈਏ ਵੀ ਇਸ ਅਸਥਾਨ ਦੇ ਉੱਤੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਬੜੀ ਸ਼ਰਧਾ ਤੇ ਭਾਵਨਾ ਨਾਲ ਦਸਵੀਂ ਦੇ ਦਿਹਾੜੇ ਮਨਾਏ ਜਾਂਦੇ ਨੇ ਦੂਰੋ ਦੂਰ ਸੰਗਤ ਆ ਕੇ ਆਪਣੇ ਮਨ ਦੀਆਂ ਭਾਵਨਾ ਗੁਰੂ ਅੱਗੇ ਰੱਖ ਦਿਆ ਨੇ ਤੇ ਗੁਰੂ ਕਹਿੰਦੇ ਵੀ ਉਹ ਸਾਰੀਆਂ ਭਾਵਨਾ ਸੰਪੂਰਨ ਕਰਦਾਗਾ ਆਓ ਹੁਣ ਆਪਾਂ ਬਾਬਾ ਅੜਕਦੇਵ ਜੀ ਦੇ ਅਸਥਾਨ ਦੇ ਕਰਦਿਆਂ ਦਰਸ਼ਨ ਜਿੱਥੇ ਬਾਬਾ ਅੜਕਦੇਵ ਜੀ ਬਹਿ ਕੇ ਬੰਦਗੀ ਕਰਿਆ ਕਰਦੇ ਸਨ ਤੇ ਗੁਰੂ ਤੇਗ ਬਹਾਦਰ ਨਾਲ ਮਹਾਰਾਜ ਜੀ ਨਾਲ ਜਿੱਥੇ ਬਾਬੇ ਅੜਕਦੇਵ ਦਾ ਮਲਾਪ ਹੁੰਦਾ ਜੀ ਆਓ ਫਿਰ ਉਸ ਅਸਥਾਨ ਦੇ ਵੀ ਆਪਾਂ ਦਰਸ਼ਨ ਕਰਦੇ ਆ ਜੀ ਹਾਂਜੀ ਜੋ ਆਪਾਂ ਸਾਹਮਣੇ ਅਸਥਾਨ ਦੇਖ ਰਹੇ ਆ ਇਹ ਸਥਾਨ ਧੰਨ ਧੰਨ ਬਾਬਾ ਅੜਕ ਦੇਵ ਜੀ ਦਾ ਇਹ ਇਹ ਕਹਿੰਦੇ ਵੀ ਪੁਰਾਣੇ ਸਮੇਂ ਦੇ ਵਿੱਚ ਇੱਕ ਟਿੱਬਾ ਹੁੰਦਾ ਸੀ ਇਹ ਟਿੱਬੇ ਦੇ ਉੱਤੇ ਬਾਬਾ ਅੜਕ ਦੇਵ ਜੀ ਬੰਦਗੀ ਕਰਨ ਵਾਸਤੇ ਇੱਕ ਕੂਟੀਆਂ ਬਣਾਈ ਹੋਈ ਸੀ ਇਹਨਾਂ ਨੇ ਤੇ ਇਹ ਉਹਨਾਂ ਦਾ ਉਹੀ ਪ੍ਰਾਤਨ ਥਾਂ ਪ੍ਰਾਤਨ ਜਿਹੜਾ ਕੂਟੀਆਂ ਬਣੀ ਸੀ ਜਿਹੜੇ ਟਿੱਬੇ ਤੇ ਉੱਥੇ ਇਹ ਸਥਾਨ ਪਾਈ ਹੁਣ ਬਣਾ ਦਿੱਤਾ ਗਿਆ ਤੇ ਇੱਥੇ ਹੀ ਬਾਬਾ ਅੜਕਦੇਵ ਜੀ ਬੈਠ ਕੇ ਬੰਦਗੀ ਕਰਦੇ ਹੁੰਦੇ ਸੀ ਤੇ ਤੇ ਉਹ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਅੜਕਦੇਵ ਜੀ ਨੂੰ ਮਿਲਣ ਵਾਸਤੇ ਆਏ ਜੀ ਵਾਹਿਗੁਰੂ ਆਹ ਵੇਖੋ ਸੰਗਤ ਜੀ ਉਹੀ ਅਸਥਾਨ ਹੈ ਤੇ ਇਸੇ ਅਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਹਾਰਾਜ ਨੇ ਆ ਕੇ ਬਾਬਾ ਅੜਕਦੇਵ ਜੀ ਨੂੰ ਦਰਸ਼ਨ ਦਿੱਤੇ ਤੇ ਫਿਰ ਬਾਬਾ ਅੜਕਦੇਵ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਜੋ ਵੀ ਸਿੱਖ ਸੰਗਤ ਸੀ ਤਾਂ ਉਹਨਾਂ ਦੀ ਜਲ ਪ੍ਰਸ਼ਾਦੇ ਦੀ ਸੇਵਾ ਕੀਤੀ ਸੀ ਅੱਜ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਭਾਏਮਾਨ ਨੇ ਇਹ ਉਹੀ ਸਥਾਨ ਹੈ ਜੀ ਜਿੱਥੇ ਉਹ ਬੈਠ ਕੇ ਬੰਦਗੀ ਕਰਦੇ ਸੀ ਭਜਨ ਕਰਦੇ ਸੀ ਬਾਕੀ ਜਿਹੜਾ ਇਹਨਾਂ ਦਾ ਜਨਮ ਸਥਾਨ ਹੈ ਜੀ ਬਾਬਾ ਅੜਕਦੇਵ ਜੀ ਦਾ ਉਹ ਇਸੇ ਨਗਰ ਦਾ ਉਸ ਘਰ ਦੇ ਵਿੱਚ ਵੀ ਮਹਾਰਾਜ ਰੂਪ ਪ੍ਰਕਾਸ਼ਮਾਨ ਕੀਤੇ ਹੋਏ ਨੇ ਜਿੱਥੇ ਬਾਬਾ ਅੜਕਦੇਵ ਜੀ ਦਾ ਜਨਮ ਹੋਇਆ ਉਹ ਜਨਮ ਦਾ ਘਰ ਅੱਜ ਵੀ ਇਸ ਨਗਰ ਨੇ ਸਾਂਭ ਕੇ ਰੱਖਿਆ ਉਹਨਾਂ ਦੀ ਯਾਦ ਨੂੰ ਤਕਰੀਬਨ ਇਹ ਉਹ ਉਹਦੀ ਸਤਿਉੰਨ ਦਾ ਦਿਹਾੜਾ ਜਿਹੜਾ ਉਹ ਇੱਥੇ ਮਨਾਇਆ ਜਾਂਦਾ ਉਹਨਾਂ ਦੇ ਘਰ ਵਿਖੇ ਹਨਵੜ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਕਹਿੰਦੇ ਸੰਗਤ ਦਾ ਦੇਸੀ ਭਾਈ ਇਹ ਬਾਬਾ ਅੜਕਦੇਵ ਜੀ ਦਾ ਜਿਹੜਾ ਗੁਰੂ ਤੇਗ ਬਹਾਦਰ ਦਾ ਮਿਲ ਨਹੀਂ ਇਤਿਹਾਸਾ ਉਹ ਹੈ ਜੀ ਇਹ ਜਦੋਂ ਭਾਈ ਆਪਾਂ ਬਾਬਾ ਅੜਕਦੇਵ ਜੀ ਦਾ ਆਸਾਨ ਦੇਖ ਕੇ ਬਾਹਰ ਆਉਨੇ ਆ ਨਾ ਤੇ ਬਾਹਰ ਆਉਨੇ ਆ ਤੇ ਆ ਇਧਰੋਂ ਮੇਨ ਰਸਤਾ ਆ ਗਿਆ ਭਈ ਆ ਸਾਹਮਣੇ ਜੋੜੀ ਬਣੀ ਆ ਤੇ ਇਦੋਂ ਅੱਗੇ ਇੱਕ ਹੋਰ ਡਿਊਟੀ ਬਣੀ ਆ ਜਿਹੜੀ ਮੇਨ ਸੜਕ ਤੋਂ ਇਧਰ ਨੂੰ ਆਉਂਦੀ ਆ ਜਦੋਂ ਆਪਾਂ ਇੱਥੇ ਪਹੁੰਚ ਜਾਂਦੇ ਆ ਤਾਂ ਇਧਰ ਭਾਈ ਸਰੋਵਰ ਬਣਿਆ ਹੋਇਆ ਆ ਉੱਪਰਲੀ ਥਾਂ ਦੇ ਉੱਤੇ ਪੂਚੇ ਸਰੋਵਰ ਬਣਾਇਆ ਹੋਇਆ ਤੇ ਨਾਲ ਹੀ ਭਾਈ ਹੁਣ ਆਪਾਂ ਨਾ ਇੱਕ ਇੱਥੇ ਖੂਬੀ ਹੈ ਤੇ ਉਹ ਖੂਬੀ ਆਪਾਂ ਵੇਖਦੇ ਆਂ ਤੇ ਤੁਹਾਨੂੰ ਵੀ ਵਿਖਾਉਨੇ ਆਂ ਹਾਂਜੀ ਸੰਗਤ ਜੀ ਇਹ ਹੈ ਜੀ ਉਹ ਪੁਰਾਣਾ ਖੂਹ ਜਿਹੜਾ ਇਸ ਸਥਾਨ ਦੇ ਉੱਤੇ ਬਣਿਆ ਹੋਇਆ ਪ੍ਰਾਤ ਸਾਮੇ ਵਿੱਚ ਖੂਹ ਚੱਲਦਾ ਸੀ ਤੇ ਅੱਜ ਤਾਂ ਇਹ ਖੂਹ ਜਿਹੜਾਗਾ ਸੁੱਕ ਚੁੱਕਿਆਗਾ ਪਰ ਫਿਰ ਵੀ ਪ੍ਰਬੰਧਕ ਮੀਰਾ ਨੇ ਇਹਦੀ ਬੜੇ ਸਚੱਜੇ ਢੰਗ ਦੇ ਨਾਲ ਸੰਭਾਲ ਕੀਤੀ ਹੋਈ ਹੈ ਤੇ ਇਹ ਖੂਹ ਇੱਥੇ ਲੱਗਿਆ ਹੋਇਆ ਪੁਰਾਣਾ ਪਰ ਲੋਕੀ ਇਹਦੇ ਵਿੱਚ ਸਿੱਕੇ ਭਰੇ ਛਟੂ ਦਿੰਦੇ ਨੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਆ ਬੇਨਤੀ ਕਰਾਂਗੇ ਸੰਗਤ ਨੂੰ ਵੀ ਜੇ ਭਾਈ ਕਿਸੇ ਨੇ ਮੱਥਾ ਟੇਕਣਾ ਤਾਂ ਉਹ ਗੁਲਕ ਵਿੱਚ ਇਹ ਸੇਵਾ ਪਾ ਦਿੱਤੀ ਜਾਇਆ ਕਰੇ ਕਿਉਂਕਿ ਥੱਲੇ ਜਿਹੜੇ ਪੈਸੇ ਨੇ ਉਹ ਗਲ ਜਾਂਦੇ ਨੇ ਜੀ ਤੇ ਇਹ ਖੂਹ ਦੇ ਲਾਗੇ ਹੀ ਜਦੋਂ ਆਪਾਂ ਖੂਹ ਤੇ ਦਰਸ਼ਨ ਕਰਦੇ ਆ ਨਾ ਜੀ ਇਹਦੇ ਲਾਗੇ ਹੀ ਨਾਲ ਹੀ ਪ੍ਰਬੰਧਕ ਵੀਰਾਂ ਨੇ ਆ ਪੁਰਾਣੇ ਜਿਹੜੇ ਆਪਣੇ ਆਪਣੇ ਸਿੰਘ ਸੂਰਮੇ ਹੋਏ ਨੇ ਉਹਨਾਂ ਸਿੰਘ ਸੂਰਮਿਆਂ ਦੀਆਂ ਤਸਵੀਰਾਂ ਸਾਹਮਣੇ ਲਾਈਆਂ ਹੋਈਆਂ ਨੇ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਾਈ ਭਾਗੋ ਮਹਾਰਾਣੀ ਜਿੰਦਕੌਰ ਬੀਬੀ ਸੁੰਦਰਾ ਜੀ ਹਨਾ ਬਾਬਾ ਦੀਪ ਸਿੰਘ ਵਰਗੇ ਤੇ ਮਹਾਨ ਜੋਧਿਆਂ ਦੀਆਂ ਇੱਥੇ ਤਸਵੀਰਾਂ ਵੀ ਇਨ੍ਹਾਂ ਪ੍ਰਬੰਧਕ ਵੀਰਾਂ ਵੱਲੋਂ ਲਾਈਆਂ ਗਈਆਂ ਨੇ ਜਿਨ੍ਹਾਂ ਦੇ ਆਪਾਂ ਹੁਣ ਸਾਹਮਣੇ ਦਰਸ਼ਨ ਕਰ ਰਹੇ ਹਾਂ ਜੀ ਇਹ ਆਪਣੇ ਸਿੱਖ ਕੌਮ ਦੇ ਜਾਂ ਦੇਸ਼ ਭਗਤ ਦੇ ਮਹਾਨ ਜੋਧਿਆਂ ਦੀਆਂ ਤਸਵੀਰਾਂ ਇਨ੍ਹਾਂ ਪ੍ਰਬੰਧਕ ਵੀਰਾਂ ਵੱਲੋਂ ਲਾਈਆਂ ਗਈਆਂ ਨੇ ਸਤਾਨ ਦੇ ਕੀਤੇ ਨੇ ਹੁਣ ਦਰਸ਼ਨ ਸੰਗਤ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਸ਼ੇਅਰ ਲਾਈਕ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ